हेलो स्टूडेंट्स, आई एम योर पंजाबी टीचर मिसेस वीरपाल कौर। ओपन योर पंजाबी फुलवाड़ी बुक। स्टूडेंट्स, एज यू नो इन अवर प्रीवियस वीडियो वी रीड चैप्टर नंबर 18 आज़ादी दी रात एंड डिड इट्स शब्द। टुडे वी विल डू इट्स नेक्स्ट पार्ट। फर्स्टली सी पार्ट नंबर 1। सही उत्तर अगे टिक दा निशान लगाओ। केड़ी तरीक नू ऐलान होया कि भारत आज़ाद हो गया है? हाँ जी, ਕਿਹੜੀ ਤਰੀਕ ਨੂੰ ਹੋਇਆ ਸੀ? 14 ਅਗਸਤ ਨੂੰ। ਹਾਂਜੀ, ਭਾਰਤ ਦੇ ਆਜ਼ਾਦ ਹੋਣ ਦੀ ਖਬਰ ਕਿਸ ਤੋਂ ਪ੍ਰਸਾਰਿਤ ਹੋਈ? ਕਿਸ ਤੋਂ ਹੋਈ? ਟੀਵੀ ਤੋਂ, ਰੇਡੀਓ ਤੋਂ, ਕੇਬਲ ਟੀਵੀ ਤੋਂ। ਕਿਸ ਤੋਂ ਹੋਈ ਸੀ? ਰੇਡੀਓ ਤੋਂ। ਸੋ ਪੁੱਟ ਟਿਕ ਹੇਅਰ। ਸਰਕਾਰ ਨੇ ਪਿੰਡਾਂ ਨੂੰ ਰੇਡੀਓ ਮੁਫਤ ਕਿਉਂ ਦਿੱਤੇ? ਕਹਾਣੀਆਂ ਸੁਣਨ ਲਈ, ਗਾਣੇ ਸੁਣਨ ਲਈ, ਕਿ ਖਬਰਾਂ ਸੁਣਨ ਲਈ? ਹਾਂਜੀ, ਖਬਰਾਂ ਸੁਣਨ ਲਈ। ਲੋਕਾਂ ਨੇ ਕੋਠਿਆਂ 'ਤੇ ਕੀ ਇਕੱਠਾ ਕਰ ਲਿਆ? ਲੋਕਾਂ ਨੇ ਤੋਪਾਂ, ਇੱਟਾਂ ਵੱਟੇ ਕਿ ਬੰਦੂਕਾਂ? ਯੈਸ, ਇੱਟਾਂ ਵੱਟੇ। ਔਰਤਾਂ ਨੇ ਖੂਹਾਂ ਨਹਿਰਾਂ ਵਿੱਚ ਛਾਲਾਂ ਕਿਉਂ ਮਾਰੀਆਂ? ਆਪਣੀ ਇੱਜ਼ਤ ਬਚਾਉਣ ਲਈ, ਭੁੱਖ ਦੇ ਦੁੱਖੋਂ ਕਿ ਉਂਝ ਹੀ? ਫਸਟ ਆਪਸ਼ਨ ਇਜ਼ ਦਾ ਕਰੈਕਟ ਆਪਸ਼ਨ, ਆਪਣੀ ਇੱਜ਼ਤ ਬਚਾਉਣ ਲਈ। ਹਾਂਜੀ, ਕੁਸ਼ਚਨ, ਭਾਰਤ ਦੇ ਆਜ਼ਾਦ ਹੋਣ ਦੀ ਖਬਰ ਕਿਸ 'ਤੇ ਨਸ਼ਰ ਹੋਈ ਸੀ? ਕਿਸ 'ਤੇ ਨਸ਼ਰ ਹੋਈ ਸੀ? ਭਾਰਤ ਦੇ ਆਜ਼ਾਦ ਹੋਣ ਦੀ ਖਬਰ ਰੇਡੀਓ 'ਤੇ ਨਸ਼ਰ ਹੋਈ ਸੀ। ਕੁਸ਼ਚਨ ਨੰਬਰ 2, ਸਰਕਾਰ ਨੇ ਪੰਚਾਇਤਾਂ ਨੂੰ ਰੇਡੀਓ ਕਦੋਂ ਅਤੇ ਕਿਉਂ ਦਿੱਤੇ? ਹਾਂਜੀ, ਆਨਸਰ, ਆਜ਼ਾਦੀ ਦੇ ਦਿਨਾਂ ਦੌਰਾਨ ਸਰਕਾਰ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਮੁਫਤ ਰੇਡੀਓ ਦਿੱਤੇ ਤਾਂ ਜੋ ਪਿੰਡਾਂ ਦੇ ਲੋਕ ਸੂਚਨਾਵਾਂ ਅਤੇ ਵਿਕਾਸ ਦੀਆਂ ਗੱਲਾਂ ਸੁਣ ਸਕਣ। ਕੁਸ਼ਚਨ ਨੰਬਰ 3, ਸਵੇਰੇ ਉੱਠਦਿਆਂ ਸਾਰ ਅਖਬਾਰ ਦੀ ਮੋਟੀ ਖਬਰ ਕੀ ਸੀ? ਅਖਬਾਰ ਦੀ ਮੋਟੀ ਖਬਰ ਇਹ ਸੀ ਕਿ ਆਬਾਦੀ ਦਾ ਤਬਾਦਲਾ ਆਜ਼ਾਦੀ ਦੇ ਨਾਲ ਹੀ ਹੋਣਾ ਹੈ। ਇਧਰੋਂ ਸਾਰੇ ਮੁਸਲਮਾਨ ਪਾਕਿਸਤਾਨ ਚਲੇ ਜਾਣਗੇ ਤੇ ਉਧਰੋਂ ਸਾਰੇ ਹਿੰਦੂ ਸਿੱਖ ਇਧਰ ਮੀਨਸ ਭਾਰਤ ਆ ਜਾਣਗੇ। ਕੁਸ਼ਚਨ ਨੰਬਰ 4, ਲੋਕਾਂ ਨੇ ਆਪਣੇ ਕੋਲ ਕੀ ਇਕੱਠਾ ਕਰ ਲਿਆ? ਉੱਤਰ, ਲੋਕਾਂ ਨੇ ਆਪਣੇ ਕੋਠਿਆਂ 'ਤੇ ਇੱਟਾਂ ਵੱਟੇ ਇਕੱਠੇ ਕਰ ਲਏ ਤੇ ਬਰਸ਼ੇ, ਕੁਹਾੜੀਆਂ, ਕਿਰਪਾਨਾਂ ਵੀ ਤਿੱਖੀਆਂ ਕਰਕੇ ਰੱਖ ਲਈਆਂ। ਕੁਸ਼ਚਨ ਨੰਬਰ 5, ਮਿਲਟਰੀ ਨੇ ਗਲੀਆਂ ਵਿੱਚ ਫਲੈਗ ਮਾਰਚ ਕਿਉਂ ਕੀਤਾ? ਉੱਤਰ, ਮਿਲਟਰੀ ਨੇ ਗਲੀਆਂ ਵਿੱਚ ਫਲੈਗ ਮਾਰਚ ਲੋਕਾਂ ਦੀ ਹਿਫਾਜ਼ਤ ਭਾਵ ਰਾਖੀ ਲਈ ਕੀਤਾ। ਪਾਰਟ ਨੰਬਰ 3, ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿੱਚ ਵਰਤੋਂ ਕਰੋ। ਫਸਟ, ਆਜ਼ਾਦ, ਭਾਰਤ 15 ਅਗਸਤ ਨੂੰ ਆਜ਼ਾਦ ਹੋਇਆ। ਰੇਡੀਓ, ਸਰਕਾਰ ਨੇ ਮੁਫਤ ਰੇਡੀਓ ਵੰਡੇ। ਆਤਿਸ਼ਬਾਜ਼ੀ, ਲੋਕਾਂ ਨੇ ਆਤਿਸ਼ਬਾਜ਼ੀ ਚਲਾਉਣੀ ਸ਼ੁਰੂ ਕਰ ਦਿੱਤੀ। ਪੰਚਾਇਤ, ਪਿੰਡ ਦੀ ਪੰਚਾਇਤ ਫੈਸਲਾ ਕਰ ਰਹੀ ਸੀ। ਅਖਬਾਰ, ਪਿਤਾ ਜੀ ਅਖਬਾਰ ਪੜ੍ਹ ਰਹੇ ਸਨ। ਤਬਾਦਲਾ, ਆਬਾਦੀ ਦਾ ਤਬਾਦਲਾ ਵੀ ਆਜ਼ਾਦੀ ਦੇ ਨਾਲ ਹੀ ਹੋਇਆ। ਲੁੱਟ ਖਸੁੱਟ, ਤਬਾਦਲੇ ਦੌਰਾਨ ਬਹੁਤ ਲੁੱਟ ਖਸੁੱਟ ਹੋਈ। ਹਿਫਾਜ਼ਤ, ਮਿਲਟਰੀ ਲੋਕਾਂ ਦੀ ਹਿਫਾਜ਼ਤ ਵਾਸਤੇ ਆਈ ਸੀ। ਪਾਰਟ 4, ਹੇਠ ਲਿਖੀਆਂ ਖਾਲੀ ਥਾਵਾਂ ਭਰੋ। ਇੱਕ ਡੈਸ਼ ਪੰਜਾਬ, ਦੂਸਰਾ ਡੈਸ਼ ਪੰਜਾਬ, ਇੱਕ ਪੱਛਮੀ ਪੰਜਾਬ, ਦੂਸਰਾ ਪੂਰਬੀ ਪੰਜਾਬ। ਰਾਤ ਨੂੰ ਪਟਾਕੇ ਅਤੇ ਡੈਸ਼ ਚੱਲਣ ਲੱਗੀ, ਰਾਤ ਨੂੰ ਪਟਾਕੇ ਅਤੇ ਆਤਿਸ਼ਬਾਜ਼ੀ ਚੱਲਣ ਲੱਗੀ। ਉਹਨਾਂ ਦਿਨਾਂ ਵਿੱਚ ਪਿੰਡਾਂ ਜਾਂ ਸ਼ਹਿਰ ਵਿੱਚ ਇੱਕ ਦੋ ਡੈਸ਼ ਹੀ ਹੁੰਦੇ ਸਨ, ਇੱਕ ਦੋ ਰੇਡੀਓ ਹੀ ਹੁੰਦੇ ਸਨ। ਇੱਧਰੋਂ ਸਾਰੇ ਡੈਸ਼ ਪਾਕਿਸਤਾਨ ਚਲੇ ਜਾਣਗੇ, ਇੱਧਰੋਂ ਸਾਰੇ ਮੁਸਲਮਾਨ ਪਾਕਿਸਤਾਨ ਚਲੇ ਜਾਣਗੇ, ਉੱਧਰੋਂ ਸਾਰੇ ਡੈਸ਼ ਇੱਧਰ ਆ ਜਾਣਗੇ, ਉਧਰੋਂ ਸਾਰੇ ਹਿੰਦੂ ਸਿੱਖ। ਪੁਲਿਸ ਡੈਸ਼ ਵਿੱਚ ਘੁੰਮਣ ਲੱਗੀ, ਪੁਲਿਸ ਗਲੀਆਂ ਵਿੱਚ ਘੁੰਮਣ ਲੱਗੀ। ਡੈਸ਼ ਦੀਆਂ ਕਈ ਕੰਪਨੀਆਂ ਆ ਗਈਆਂ, ਮਿਲਟਰੀ ਦੀਆਂ ਕਈ ਕੰਪਨੀਆਂ ਆ ਗਈਆਂ। ਨਾਓ ਸੀ ਵਿਆਕਰਨ ਪਾਠ। ਫਸਟ, ਹੇਠ ਲਿਖੇ ਸ਼ਬਦਾਂ ਦੇ ਵਚਨ ਬਦਲੋ। ਰਾਤ, ਰਾਤਾਂ। ਖੁਸ਼ੀ, ਖੁਸ਼ੀਆਂ। ਕੰਧ, ਕੰਧਾਂ। ਹਿੰਦੂ, ਹਿੰਦੂਆਂ। ਹਿੱਸਾ, ਹਿੱਸੇ। ਪਟਾਕਾ, ਪਟਾਕੇ। ਪਿੰਡ, ਪਿੰਡਾਂ। ਸਿੱਖ, ਸਿੱਖਾਂ। ਗਲੀ,
गलियां, कोठा कोठे, किसान किसाना, ती तियां, गड्डी गड्डियां, फौजी फौजियां, बर्षा बर्षे, कुहाड़ी कुहाड़ियां, पैन पैना, गली गलियां। हाँ जी, पार्ट नंबर टू। हेठ लिखे शब्दों विचों शुद्ध शब्द चुनो। आ तीन शब्द दिते हुए आ, इन्हां विचों दो गलत है, एक सही है। हाँ जी, केड़ा वाला? फर्स्ट, आज़ाद, ये सही है। इन्दे विच रेडियो कोई भी नहीं सी सही, आह सियारी नहीं, इतने बिहारियां नहीं है, रेडियो, इस करके यही सही हो गया। पंचायत, टिप्पी आनी इन्दे ऊपर, आह वाला पंचायत सही है। सिख सस्से सियारी, ऊपर अद्धक सेंटर चानी है सिख। गली केड़ी सही है? गली, ना तो थली बिंदी ते ना ही हाहा, आह वाला। पुलिस, ये वाला। लुट, लल्ले औकड़, ऊपर अद्धक टैंका, लुट। औरत, एड़े कनौड़ा रा रा तत्ता, औरत। ओके बेटा।